KDS ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਗਰ ਪੰਚਾਇਤ ਮਹਿਤਪੁਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਰਮੇਸ਼ ਲਾਲ ਮਹੇ ਨੇ ਤਿਰੰਗੇ ਝੰਡੇ ਨੂੰ ਲਹਿਰਾਇਆ। ਪੁਲਿਸ ਮੁਲਾਜ਼ਮਾਂ ਨੇ ਤਿਰੰਗੇ ਦੇ ਸਨਮਾਨ ਵਿੱਚ ਪਰੇਡ ਕੀਤੀ ਅਤੇ ਪਹੁੰਚੇ ਪਤਵੰਤ ਸੱਜਣਾਂ ਨੇ ਰਾਸ਼ਟਰੀ ਗੀਤ ਗਾ ਕੇ ਸਨਮਾਨ ਕੀਤਾ ਗਿਆ। ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਭਾਗ ਲਿਆ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਤੁਸੀਂ ਦੇਖ ਰਹੇ ਹੋ KDS ਲਾਈਵ। ਸ਼ਹਿਰ ਹਾਜ਼ਰ ਸਰਕਾਰ ਨੂੰ, ਸਾਰੀ ਸੰਗਤ, ਨਗਰ ਪੰਚਾਇਤ ਦੇ ਮੇਰੇ ਸਾਰੇ ਮੈਂਬਰ ਸਾਹਿਬਾਨ, ਕਾਰਜ ਸਾਧਕ ਅਫਸਰ ਦੇਸਰਾਜ ਜੀ, ਇਹ ਸਭ ਦਿਹਾੜੇ 'ਤੇ ਸਾਡੇ ਵਿਚਕਾਰ ਹਾਜ਼ਰ ਹੋਣ ਦੇ ਵੱਖ ਵੱਖ ਸਕੂਲ ਦੇ ਟੀਚਰ ਸਾਹਿਬ, ਉਹਨਾਂ ਦੇ ਪਿਆਰੇ ਪਿਆਰੇ ਬੱਚਿਓ,
ਪਿਆਰੇ ਪਿਆਰੇ ਬੱਚੇ ਉਹਦੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਸਾਡੇ ਪੱਤਰਕਾਰ ਵੀ ਨਗਰ ਪੰਚਾਇਤ ਦੇ ਬਹੁਤ ਸਾਰੇ ਮਿਹਨਤੀ ਮੁਲਾਜ਼ਮ ਸਾਥੀਓ ਆਪ ਸਭ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਲਗਭਗ 200 ਸਾਲਾਂ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਸਾਡੇ ਆਜ਼ਾਦੀ ਦੀ ਸੰਗਰਾਮੀਆਂ ਦੀਆਂ ਅਟੱਕ ਕੋਸ਼ਿਸ਼ਾਂ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ 15 ਅਗਸਤ 1947 ਨੂੰ ਸਾਡੇ ਦੇਸ਼ 'ਤੇ ਆਜ਼ਾਦ ਹੋਇਆ। ਮੈਂ ਇਹਨਾਂ ਸਾਰੇ ਸ਼ਹੀਦਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਅਤੇ ਆਜ਼ਾਦੀ ਘਾਟੀਆਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਾ ਹਾਂ। ਅੰਗਰੇਜ਼ੀ ਹਕੂਮਤ ਵੱਲੋਂ ਸਾਡੇ ਇਹਨਾਂ ਆਜ਼ਾਦੀ ਘਾਟੀਆਂ ਨੂੰ ਨਾ ਸਿਰਫ ਆਪਣੀਆਂ ਜੇਲ੍ਹਾਂ ਵਿੱਚ ਰੱਖ ਕੇ ਉਹਨਾਂ ਦੇ ਅੱਤਿਆਚਾਰ ਕੀਤੇ, ਸਗੋਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਉਹਨਾਂ ਉੱਪਰ ਗੈਰ ਮਨੁੱਖੀ ਤਸ਼ੱਦਦ ਕੀਤੇ ਗਏ ਅਤੇ ਇਹਨਾਂ ਜ਼ੁਲਮਾਂ ਦਾ ਬਦਲਾ ਲੈਣ ਲਈ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਸ਼ਹੀਦੇ ਅਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਹਿਦੇਵ ਵੱਲੋਂ ਅੰਗਰੇਜ਼ੀ ਹਕੂਮਤ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ। ਅੰਗਰੇਜ਼ੀ ਹਕੂਮਤ ਵੱਲੋਂ ਇਹਨਾਂ ਨੌਜਵਾਨਾਂ ਉੱਪਰ ਅਸਹਿ ਤਸ਼ੱਦਦ ਕਰਕੇ ਫਰਜ਼ੀ ਕੇਸ ਬਣਾ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਜ਼ਿਲ੍ਹਿਆਂ ਵਾਲੇ ਬਾਗ ਦਾ ਖੂਨੀ ਛੱਕਾ ਯਾਦ ਕਰੇ ਅੱਜ ਵੀ ਰੂਹ ਕੰਬ ਉੱਠਦੀ ਹੈ। ਜਿਵੇਂ ਕਿ ਨਿਰਦੋਸ਼ ਜਨਤਾ ਜਿਨ੍ਹਾਂ ਵਿੱਚ ਬੀਬੀਆਂ ਬੱਚੇ ਸ਼ਾਮਿਲ ਸਨ ਉਹਨਾਂ ਉੱਪਰ ਅੰਨੇਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀਆਂ ਨੂੰ ਸ਼ਹੀਦ ਕਰ ਦਿੱਤਾ। ਇਸ ਕਤਲੇਆਮ ਦਾ ਬਦਲਾ ਲੈਣ ਲਈ ਲਗਭਗ 25 ਸਾਲ ਦਾ ਇੰਤਜ਼ਾਰ ਕਰਕੇ ਕਤਲੇਆਮ ਦੀ ਜ਼ਿੰਮੇਵਾਰੀ ਜਨਰਲ ਡਾਇਰ ਨੂੰ ਘਰ ਇੰਗਲੈਂਡ ਵਿੱਚ ਜਾ ਕੇ ਮਾਰਨ ਵਾਲੇ ਸ਼ਹੀਦ ਊਧਮ ਸਿੰਘ ਨੂੰ ਅਲੱਗ ਅਲੱਗ ਪ੍ਰਣਾਮ ਕਰਦਾ ਹਾਂ। ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਭਾਰਤ ਵੱਖ ਵੱਖ ਧਰਮਾਂ ਬੋਲੀਆਂ ਸੱਭਿਆਚਾਰ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਦੇਸ਼ ਪ੍ਰਦੇਸ਼ ਦੇ ਨਾਲ ਨਾਲ ਨਗਰ ਪੰਚਾਇਤ ਮਹਿਤਪੁਰ ਦੇ ਬੇਮਿਸਾਲ ਵਿਕਾਸ ਕਾਰਜ ਕਰਵਾਏ ਗਏ ਹਨ। ਮੈਂ ਆਪਣੇ ਹਰਮਨ ਪਿਆਰੇ ਨੇਤਾ ਸਰਦਾਰ ਹਰਦੀਪ ਸਿੰਘ ਲਾਡੀ ਸ਼ੇਰੋਵਾਲੀਆ ਜੀ MLA ਸ਼ਾਹਕੋਟ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਕਿ ਹਲਕੇ ਦੇ ਵਿਕਾਸ ਲਈ ਦਿਨ ਰਾਤ ਕਰਕੇ ਹਲਕੇ ਦੀ ਬਹੁਤ ਤਰੱਕੀ ਕਰਵਾਈ ਹੈ। ਨਗਰ ਪੰਚਾਇਤ ਨੂੰ 2 ਕਰੋੜ ਰੁਪਏ ਸਰਕਾਰ ਪਾਸੋਂ ਲਿਆ ਕੇ ਦਿੱਤੇ ਹਨ। ਲਗਭਗ ਸ਼ਹਿਰ ਵਿੱਚ ਗਲੀਆਂ ਨਾਲੀਆਂ ਪੱਕੀਆਂ ਹੋ ਚੁੱਕੀਆਂ ਹਨ। ਸ਼ਹਿਰ ਦੀ ਇੱਕੋ ਇੱਕ ਪਾਣੀ ਦੀ ਸਮੱਸਿਆ ਹੈ ਜੋ ਕਿ ਹਰ ਰਹੇ ਨਗਰ ਪੰਚਾਇਤ ਵੱਲੋਂ ਜਤਨ ਕੀਤੇ ਜਾ ਰਹੇ ਹਨ। ਜਲਦੀ ਇਹ ਸਮੱਸਿਆ ਲਈ ਸ਼ਹਿਰ ਵਾਲੇ ਵਾਸੀਆਂ ਨੂੰ ਰਾਹਤ ਮਿਲ ਜਾਏਗੀ। ਦੇਸ਼ ਪ੍ਰਦੇਸ਼ ਦੇ ਹਰ ਪੱਖੋਂ ਤਰੱਕੀ ਕੀਤੀ ਹੈ। ਜਿੱਥੇ ਕੁਝ ਬੁਰਾਈਆਂ ਨੇ ਵੀ ਜਨਮ ਲਿਆ ਹੈ, ਨਸ਼ਿਆਂ ਦੀ ਬੁਰਾਈ, ਭਰੂਣ ਹੱਤਿਆ ਦੀ ਬੁਰਾਈ, ਮੇਰੇ ਸਾਰੇ ਸਮਾਜ ਨੂੰ ਅਪੀਲ ਹੈ ਕਿ ਇਹਨਾਂ ਬੁਰਾਈਆਂ ਤੋਂ ਬਚਿਆ ਜਾਵੇ, ਇਹਨਾਂ ਦੀ ਰੋਕਥਾਮ ਲਈ ਸਰਕਾਰ ਨੂੰ ਸਹਿਯੋਗ ਦਿੱਤਾ ਜਾਵੇ। ਅੱਜ ਕੋਰੋਨਾ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਅਤੇ ਦੇਸ਼ ਦਾ ਬਹੁਤ ਹੀ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸ ਮਾਲੀ ਨੁਕਸਾਨ ਤੋਂ ਬਚਾਅ ਲਈ ਸਰਕਾਰ ਵੱਲੋਂ ਫ੍ਰੀ ਟੀਕੇ ਲਗਵਾਏ ਜਾ ਰਹੇ ਹਨ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਟੀਕੇ ਜ਼ਰੂਰ ਲਗਵਾਓ। ਇਸ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼, ਸਮਾਜਿਕ ਦੂਰੀ, ਮਾਸਕ ਪਾ ਕੇ ਰੱਖਣਾ, ਇਹਨਾਂ ਹਦਾਇਤਾਂ ਦਾ ਪਾਲਣਾ ਕੀਤਾ ਜਾਵੇ।
ਹੋਰ ਅਪਡੇਟ ਪਾਉਣ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦੀ ਘੰਟੀ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਾ ਸਕੀਏ। ਤੁਸੀਂ ਦੇਖ ਰਹੇ ਹੋ KDS ਲਾਈਵ ਯੂਟਿਊਬ ਚੈਨਲ।